10 ਦਸੰਬਰ ਨੂੰ ਬਾਬਾ ਦੀਪ ਸਿੰਘ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਇੱਕ ਵਿਸ਼ਾਲ ਗੁਰਮਤ ਮਾਰਚ ਕੱਢਿਆ ਜਾ ਰਿਹਾ ਹੈ। ਇਹ ਮਾਰਚ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਚੱਲ ਕੇ ਗੁਰਦੁਆਰਾ ਸ਼ਹੀਦੀ ਅਸਥਾਨ ਬਾਬਾ ਦੀਪ ਸਿੰਘ ਜੀ ਅੰਮ੍ਰਿਤਸਰ ਸਾਹਿਬ ਤੱਕ ਜਾਵੇਗਾ, ਜਿਸ ਵਿੱਚ ਭਾਰੀ ਗਿਣਤੀ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਭਾਗ ਲਿਆ ਜਾ ਰਿਹਾ ਹੈ। ਬਹੁਤ ਵੱਡਾ ਸਿੱਖ ਇਤਿਹਾਸ ਦੇ ਵਿੱਚ ਰੋਲ ਰਿਹਾ ਹੈ ਬਾਬਾ ਦੀਪ ਸਿੰਘ ਹੁਣਾਂ ਦਾ, ਜਿਨ੍ਹਾਂ ਨੇ ਤਸ਼ੱਦਦ ਦੇ ਖਿਲਾਫ ਲੜਾਈ ਲੜੀ ਔਰ ਉਸ ਲੜਾਈ ਦੇ ਵਿੱਚ ਅੰਤ ਦੇ ਵਿੱਚ ਉਹ ਖੁਦ ਸ਼ਹੀਦ ਹੋ ਗਏ ਔਰ ਉਹਨਾਂ ਦੀ ਤਸਵੀਰ ਹਰਿਮੰਦਰ ਸਾਹਿਬ ਦੇ 'ਚ ਅੱਜ ਵੀ ਲੱਗੀ ਹੋਈ ਹੈ। ਉਹਨਾਂ ਦਾ ਸਥਾਨ ਮੁਕਰਰ ਹੈ ਜਿੱਥੇ ਕਿ ਉਹ ਦੱਸਿਆ ਜਾਂਦਾ ਕਿ ਆਪਣੀ ਸੀਸ ਨੂੰ ਹਥੇਲੀ ਵਿੱਚ ਲੈ ਕੇ ਉਹ ਗੁਰੂ ਉੱਥੇ ਹਰਿਮੰਦਰ ਸਾਹਿਬ ਦੇ ਪਰਿਕਰਮਾ ਤੱਕ ਪਹੁੰਚੇ ਸਨ। ਸੋ ਇਹ ਕੰਮ ਹੁਣ ਪਬਲਿਕ ਦੇ ਵੱਲੋਂ ਬਹੁਤ ਸਾਰੀਆਂ ਜਥੇਬੰਦੀਆਂ ਜਿਨ੍ਹਾਂ ਦੀ ਲਿਸਟ ਇਸ ਹੈ ਦਿੱਤੀ ਹੋਈ ਤੁਹਾਡੇ ਸਾਹਮਣੇ, ਇਹ ਇਕੱਠੀਆਂ ਹੋ ਕੇ ਇਹ ਮਾਰਚ ਕੱਢ ਰਹੀਆਂ ਨੇ 10 ਤਾਰੀਖ ਤੋਂ ਇਹ ਤਲਵੰਡੀ ਸਾਬੋ ਤੋਂ ਦਮਦਮੀ ਸਾਹਿਬ ਤੋਂ, ਔਰ ਉੱਥੋਂ ਇਹਨਾਂ ਨੇ ਜਾਣਾ ਹੈਗਾ ਉੱਥੇ ਅੰਮ੍ਰਿਤਸਰ, ਜਿੱਥੇ ਬਾਬਾ ਦੀਪ ਸਿੰਘ ਹੁਣਾਂ ਦਾ ਪਿੰਡ ਹੈ, ਔਰ ਉਹਦੇ ਬਾਅਦ ਜਿੱਥੇ ਉਹਨਾਂ ਦੀ ਸ਼ਹਾਦਤ ਹੋਈ ਹੈ। ਇਹ 10 ਤਰੀਕ ਨੂੰ ਸ਼ੁਰੂ ਹੋਣਾ ਅਤੇ ਪਿੰਡਾਂ ਦੇ ਵਿੱਚੋਂ ਹੁੰਦਾ ਹੋਇਆ ਅਤੇ ਪੜਾਅ ਕਰਦਾ ਹੋਇਆ 13 ਤਰੀਕ ਨੂੰ ਇਹ ਉੱਥੇ ਸਮਾਪਤ ਹੋਏਗਾ। ਇਹ ਪ੍ਰੋਗਰਾਮ ਅਸੀਂ ਸਾਰੇ ਰਲ ਕੇ ਜਿਹੜੇ ਬੰਦੇ ਅਕਾਲੀ ਦਲ ਦੇ ਸਿਵਾਏ ਜਿਹੜੇ ਅਸਲੀ ਅਕਾਲੀ ਨੇ, ਦਿਲੋਂ ਅਕਾਲੀ ਨੇ, ਸਿਆਸਤ 'ਚੋਂ ਕੋਈ ਕਮਾਉਣ ਵਾਸਤੇ ਨਹੀਂ, ਉਹ ਇਹ ਕੰਮ ਕਰ ਰਹੇ ਨੇ ਅਤੇ ਵਾਹਿਗੁਰੂ ਕਰੇ ਅਸੀਂ ਇਹਦੇ ਵਿੱਚ ਸਫਲ ਹੋਈਏ। ਅਸੀਂ ਪਬਲਿਕ ਤੱਕ ਇਹ ਵੀ ਜਿਹੜਾ ਬਹੁਤ ਗੌਰਵਮਈ ਇਤਿਹਾਸ ਹੈ ਉਹ ਨਿਸ਼ਾਵਰ ਕਰ ਸਕਦੇ। ਇਹ ਜਿਹੜੀ ਕਮੇਟੀ ਹੈ ਇਹਦੀ ਹਰੇਕ ਸਾਲ ਪ੍ਰਧਾਨਗੀ ਦੀ ਇਲੈਕਸ਼ਨ ਹੋ ਰਹੀ ਹੈ, ਉਹ ਨਵੰਬਰ 'ਚ ਹੋਣੀ ਹੈ। ਇਸ ਇਲੈਕਸ਼ਨ ਦੇ ਵਿੱਚ ਤਾਂ ਬਾਦਲ ਸਾਹਿਬ ਦੇ ਚੁਣੇ ਹੋਏ ਬੰਦੇ ਹੀ ਨੇ ਮੈਂਬਰ। ਅਸੀਂ ਇਹ ਕਹਾਂਗੇ ਕਿ ਭਾਈ ਜੇ ਜ਼ਮੀਰ ਹੈ ਤੁਹਾਡੀ ਤਾਂ ਜ਼ਮੀਰ ਦੀ ਆਵਾਜ਼ ਨੂੰ ਮੂਹਰੇ ਰੱਖ ਕੇ ਫਿਰ ਫੈਸਲਾ ਕਰਿਓ। ਲੇਕਿਨ 5 ਸਾਲ ਇਸ ਕਮੇਟੀ ਦੇ ਮੁੱਕ ਗਏ ਨੇ, ਪਿਛਲੇ ਸਾਲ ਦਸੰਬਰ ਦੇ 16 ਤਰੀਕ ਨੂੰ ਮੁੱਕ ਗਏ ਸਨ ਅਤੇ ਕੁਛ ਮਾਮਲਾ ਸੁਪਰੀਮ ਕੋਰਟ 'ਚ ਫਸਿਆ ਹੋਇਆ ਹੈ। ਜਿੰਨੀ ਜਲਦੀ ਉਹ ਫੈਸਲਾ ਹੋ ਜਾਂਦਾ ਉਹਦੇ ਬਾਅਦ ਅਸੀਂ ਸਰਕਾਰ ਦੇ ਸਾਹਮਣੇ ਮੰਗ ਰੱਖਾਂਗੇ ਕਿ ਸ਼੍ਰੋਮਣੀ ਕਮੇਟੀ ਦੀ ਇਲੈਕਸ਼ਨ ਹੋਵੇ ਔਰ ਜਿੰਨੇ ਵੀ ਸਿੱਖ ਸੰਪਰਦਾਇਕ ਹਨ, ਜਿਹੜੇ ਪਾਰਟੀਆਂ ਹਨ, ਇੰਡੀਵਿਜੁਅਲਸ ਹਨ, ਸਾਰਿਆਂ ਨੂੰ ਬੇਨਤੀ ਕਰਾਂਗੇ ਕਿ ਤੁਸੀਂ ਇਹਦੇ ਵਿੱਚ ਹਿੱਸਾ ਜ਼ਰੂਰ ਲਓ। ਦੇਖੋ ਅਸੀਂ ਆਪ ਸਾਡੇ ਵਿੱਚੋਂ ਕੋਈ ਅਹੁਦੇਦਾਰ ਨਹੀਂ ਹੈਗਾ, ਨਾ ਅਸੀਂ ਬਣਨਾ ਚਾਹੁੰਦੇ ਹਾਂ, ਲੇਕਿਨ ਅਸੀਂ ਗੁਰਦੁਆਰਿਆਂ ਨੂੰ ਇਹੋ ਜਿਹਾ ਇੰਤਜ਼ਾਮ ਅਸੀਂ ਚਾਹੁੰਦੇ ਹਾਂ ਕਿ ਉਹਨਾਂ ਦੇ ਵਿੱਚ ਸਹੀ ਮਨੇ ਦੇ ਵਿੱਚ ਗੋਲਕ ਦੀ ਦੁਰਵਰਤੋਂ ਨਾ ਹੋਵੇ, ਸਹੀ ਵਰਤੋਂ ਹੋਵੇ, ਆਏ ਗਏ ਦਾ ਗੁਰਦੁਆਰੇ ਦਾ ਸੰਭਾਲ ਹੋਵੇ, ਆਏ ਗਏ ਦੀ ਇੱਜ਼ਤ ਬਣੀ ਰਹੇ ਉੱਥੇ, ਅਤੇ ਉਹ ਨਹੀਂ ਹੋ ਰਿਹਾ ਇਸ ਵੇਲੇ। ਇਸ ਵੇਲੇ ਤੁਸੀਂ ਦੇਖ ਰਿਹਾ ਕਿ ਵੀ ਜਿਹੜਾ ਇਹ ਹੁਣ ਸੁੱਚਾ ਸਿੰਘ ਲਗਾ ਹੈ ਇਹ ਤਾਂ ਹੁਣ ਕਾਨੂੰਨ ਦੇ ਗ੍ਰਿਫ 'ਚ ਆਇਆ ਹੋਇਆ ਅਤੇ ਤਾਂ ਕਰਕੇ ਉਹ ਲੋਕਾਂ ਨੂੰ ਪਤਾ ਲੱਗਿਆ। ਇਹ ਬਹੁਤ ਨੇੜੇ ਸੀ, ਬਾਦਲ ਸਾਹਿਬ ਇਹਨੂੰ ਪ੍ਰਧਾਨ ਬਣਾਉਣਾ ਚਾਹੁੰਦੇ ਸਨ। ਇਹ ਧਰਮ ਪ੍ਰਚਾਰ ਕਮੇਟੀ ਦਾ ਮੇਰੇ ਖਿਆਲ ਹੈ ਪ੍ਰਧਾਨ ਵੀ ਰਿਹਾ ਜਾਂ ਮੈਂਬਰ ਰਿਹਾ। ਐਸੇ ਬੰਦੇ ਜਿਹੜੇ ਜਿਨ੍ਹਾਂ ਦੀ ਇਹ ਕਿਰਦਾਰ ਹੈ, ਜੇ ਬਾਦਲ ਸਾਹਿਬ ਉਹਨਾਂ ਦੀ ਸ਼ਨਾਖਤ ਹੀ ਨਹੀਂ ਕਰ ਸਕਦੇ ਤਾਂ ਮੈਂ ਕਹਿੰਦਾ ਮੈਂ ਸੋਚਦਾ ਕਿ ਇਹ ਲੰਘਾ ਦਾ ਤਾਂ ਕੋਈ ਕਸੂਰ ਨਹੀਂ, ਇਹ ਤਾਂ ਜਿਹਦੀ ਡਿਊਟੀ ਹੈ ਇਹੋ ਜਿਹੇ ਬੰਦੇ ਦੀ ਸ਼ਨਾਖਤ।